ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਰਿਫਿਊਜ਼ਲ ਦੇ ਕਾਰਨ ਤੇ ਕੀ ਰਿਹਾ ਸੈਪਟੈਂਬਰ ਇੰਟੇਕ ਦੇ ਰਿਜ਼ਲਟਸ ਜਾਣਦੇ ਆਪਾਂ ਚੱਲਦੇ ਤੇ ਸਾਡੇ ਨਾਲ ਅੱਜ ਜੁੜਿਆ ਨੇ ਜੀ ਰਮਨ ਦਸਾਂਜ ਫਰਮ ਓਮ ਗਲੋਬਲ ਉਹਨਾਂ ਤੋਂ ਜਾਣਦੇ ਆ ਕੀ ਆ ਪੂਰਾ ਵਾਕਿਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਵੈਲਕਮ ਟੂ ਡੇਲੀ ਪੋਸਟੀ ਥੈਂਕ ਯੂ ਸਰ ਭਾਜੀ ਹੁਣ ਆਪਾਂ ਪੁੱਛ ਕੇ ਹਟੇ ਆਂ ਕਿ ਕੈਨੇਡਾ ਦਾ ਰਿਫਿਊਜ਼ਲ ਕਿਵੇਂ ਦੇ ਨੇ ਤੇ ਕੀ ਸੈਪਟੈਂਬਰ ਇੰਟੇਕ ਦਾ ਰਿਜ਼ਲਟ ਸੀ ਉਹ ਕਿਵੇਂ ਦਾ ਰਿਹਾ ਸਰ ਸਤੰਬਰ ਇੰਡੇਕ ਦਾ ਵਕ ਸੱਚ ਤੁਹਾਡੇ ਸਾਹਮਣੇ ਹੀ ਪੇਚ ਕਰਾਂਗਾ ਇਹ ਹੈ ਪਾਸਪੋਰਟ ਜੋ ਕਿ ਦੇਖ ਸਕਦੇ ਹੋ ਇਕੱਲਾ ਇਕੱਲਾ ਪਾਸਪੋਰਟ ਜੋ ਕਿ ਮੇਰੇ ਕੋਲੇ ਰਿਜ਼ਲਟ ਆ ਚੁੱਕਿਆ ਹੈ ਤੁਸੀਂ ਮੈਂ ਤੈਨੂੰ ਇੱਕ ਇੱਕ ਕਰਕੇ ਪਾਸਪੋਰਟ ਦਿਖਾਵਾਂਗਾ ਇੱਕ ਦੋ ਇਹ ਸਾਰਿਆਂ ਦੇ ਵੀਜ਼ੇ ਲੱਗ ਚੁੱਕੇ ਹੈ ਇਹਨਾਂ ਦੇ ਓਵਰਆਲ 6 ਬੈਂਡ ਨਾਟ ਲੈਸ ਦਨ 5.5 ਯਾਨੀ ਕਿ ਇੱਕ ਮੋਡਿਊਲ ਚੋਂ 5.5 ਬੈਂਡ ਨੇ ਇਹ ਮੋਸਟਲੀ ਬੱਚੇ ਇਹ ਹੈ ਜੋ ਰਿਫਿਊਜ਼ ਹੋ ਕੇ ਸਾਡੇ ਕੋਲ ਆਏ ਨੇ ਸੋ ਆਪਾਂ ਰਿਜ਼ਲਟ ਦਾ ਤੁਹਾਡੇ ਸਾਹਮਣੇ ਹੀ ਸੱਚ ਪੇਸ਼ ਕਰਾਂਗੇ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਅੱਜ ਅਫਵਾਹਾਂ ਆ ਰਹੀਆਂ ਕਿ ਵੀਜ਼ਾ ਨਹੀਂ ਲੱਗ ਰਿਹਾ ਵੀਜ਼ਾ ਨਹੀਂ ਲੱਗ ਰਿਹਾ ਸੋ ਓਮ ਗਲੋਬਲ ਦੇ ਕਿਸੇ ਵੀ ਆਫਿਸ ਤੁਸੀਂ ਜਾ ਕੇ ਰਿਜ਼ਲਟ ਦੇਖ ਸਕਦੇ ਹੋ ਇਹ ਤਾਂ ਸਿਰਫ ਥੋੜੇ ਜਿਹੇ ਪਾਸਪੋਰਟ ਹੈ ਆਨਲਾਈਨ ਇਸ ਸਮੇਂ 2-4 ਦਿਨਾਂ ਵਿੱਚ ਤੁਹਾਨੂੰ ਜੀ 50 ਤੋਂ ਵੱਧ ਪਾਸਪੋਰਟ ਤੁਸੀਂ ਮੇਰੇ ਆਫਿਸ ਆ ਕੇ ਦੇਖ ਸਕਦੇ ਹੋ ਸੋ ਇਹਨਾਂ ਰਿਫਿਊਜ਼ਲ ਨੂੰ ਮੁੱਖ ਰੱਖਦੇ ਹੋਏ ਅਸੀਂ ਮਿਸਟਰ ਹਰੀਤ ਗਾਬਾ ਜੋ ਕਿ ਸਾਡੇ ICCRC ਮੈਂਬਰ ਨੇ ਕੈਨੇਡਾ ਤੋਂ ਸਪੈਸ਼ਲ ਉਹਨਾਂ ਨੂੰ ਬੁਲਾ ਰਹੇ ਨੇ ਸੋ 1 ਸਤੰਬਰ ਤੋਂ ਲੈ ਕੇ ਅਸੀਂ 4 ਸਤੰਬਰ ਤੱਕ ਲੜੀਵਾਰ ਸੈਮੀਨਾਰ ਸਟੂਡੈਂਟ ਵੀਜ਼ਾ ਨੂੰ ਲੈ ਕੇ ਅਸੀਂ ਕਰਵਾ ਰਹੇ ਹਾਂ ਸੋ 1 ਸਤੰਬਰ ਨੂੰ ਕਰਨਾਲ ਬ੍ਰਾਂਚ 2 ਸਤੰਬਰ ਨੂੰ ਚੰਡੀਗੜ੍ਹ ਬ੍ਰਾਂਚ ਸਾਡੇ ਆਫਿਸ 'ਚ 3 ਸਤੰਬਰ ਨੂੰ ਅੰਮ੍ਰਿਤਸਰ ਹੋਟਲ ਕਲਾਰਕਿੰਚ ਐਚ ਕੇ ਕਲਾਰਕ ਸੌਰੀ ਅ ਉਸ ਤੋਂ ਬਾਅਦ 4 ਸਤੰਬਰ ਨੂੰ ਜਲੰਧਰ ਆਫਿਸ ਚ ਸੈਮੀਨਾਰ ਹੋ ਰਿਹਾ ਸੋ ਇਹ ਸੀਗਾ ਤੁਹਾਡਾ ਜਿਹੜਾ ਜਿਹੜਾ ਸਕਸੈਸ ਰੇਟ ਹੈ ਪਰ ਸਾਰਿਆਂ ਦਾ ਕੀ ਕੀ ਹੋ ਕਹਿਣਾ ਕਿ ਰਿਫਿਊਜ਼ਲ ਆ ਰਹੀ ਹੈ ਕੈਨੇਡਾ ਦੀ ਸਰ ਰਿਫਿਊਜ਼ਲ ਇਸ ਲਈ ਆ ਰਹੀ ਹੈ ਕਿਉਂਕਿ ਉਹਨਾਂ ਦੀ ਜੋ ਟੀਮ ਹੈ ਨਾ ਉਹ ਨੰਬਰ ਆਫ ਰਿਫਿਊਜ਼ਲ ਇਸ ਲਈ ਉਹਨਾਂ ਨੂੰ ਲੱਗਦਾ ਵੀ ਹਾਂਜੀ ਇਹ ਕੇਸ ਦਾ ਵੀਜ਼ਾ ਲੱਗ ਜੂ ਇਸ ਕੇਸ ਦਾ ਲੱਗ ਜੂਗਾ ਉਹ ਜ਼ਿਆਦਾਤਰ ਇਹ ਦੇਖਦੇ ਪਏ ਆ ਵੀ ਚਲੋ ਅਡਵਾਂਸ ਪੈਸੇ ਲਈਏ ਵੀਜ਼ਾ ਲੱਗ ਗਿਆ ਤਾ ਤਾਂ ਵੀ ਪ੍ਰੋਫਿਟ ਹੈ ਜੇ ਨਹੀਂ ਲੱਗਾ ਤਾਂ ਵੀ ਪ੍ਰੋਫਿਟ ਹੈ 5-10000 ਰੁਪਏ ਦੀ ਗੇਮ ਚੱਲਦੀ ਪਈ ਆ ਬਟ ਉਹਦੇ ਵਿੱਚ ਕੀ ਹੈ ਨੰਬਰ ਆਫ ਰਿਫਿਊਜ਼ਲ ਇਸ ਲਈ ਆ ਰਹੀ ਹੈ ਟੀਮ ਵੀਜ਼ੇ ਲਈ ਕੰਮ ਨਹੀਂ ਕਰ ਰਹੀ ਸਿਰਫ ਇੱਕ ਪ੍ਰੋਸੈਸ ਕਰਨ ਲਈ ਕੇਸ ਪ੍ਰੋਸੈਸ ਕੀਤਾ ਜਾਵੇ ਵੀਜ਼ਾ ਲੱਗੇ ਚਾਹੇ ਨਾ ਲੱਗੇ ਉਸ ਕਾਰਨਾ ਕਰਕੇ ਹੀ ਵੀਜ਼ਾ ਰਿਫਿਊਜ਼ਲ ਆ ਰਹੇ ਨੇ ਮੋਸਟਲੀ ਬੱਚੇ ਇਸ ਕਰਕੇ ਰਿਫਿਊਜ਼ ਹੋ ਰਹੇ ਆ ਉਹਨਾਂ ਨੂੰ ਜੀਆਈਸੀ ਦੇ ਨਾਮ ਤੇ ਡਾਲਰ ਰੇਟ ਚ ਐਕਸਚੇਂਜ ਰੇਟ ਤੋਂ ਕਮਿਸ਼ਨ ਖਾਦੀ ਜਾ ਰਹੀ ਹੈ ਟੂ ਆਪਣੀ ਪ੍ਰੋਸੈਸਿੰਗ ਫੀਸ ਦੇ ਨਾਮ ਤੇ ਪੈਸੇ ਲਏ ਜਾ ਰਹੇ ਸੋ ਓਮ ਗਲੋਬਲ ਇਦਾਂ ਦਾ ਕੁਝ ਵੀ ਨਹੀਂ ਉਹਨਾਂ ਤੋਂ ਅਡਵਾਂਸ ਲੈ ਰਿਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਈਵਨ ਐਮਬੈਸੀ ਵੀਜ਼ਾ ਆਫਰ ਲੈਟਰ ਫੀਸ ਟਿਊਸ਼ਨ ਫੀਸ ਸਾਰੀ ਵੀਜ਼ਾ ਲੱਗਣ ਤੋਂ ਬਾਅਦ ਲੈ ਰਿਆ ਸੋ ਇਨਾਂ ਕਾਰਨਾਂ ਕਰਕੇ ਹੀ ਵੀਜ਼ਾ ਰਿਫਿਊਜ਼ਲ ਸਭ ਤੋਂ ਜ਼ਿਆਦਾ ਆ ਰਿਹਾ ਕਈ ਬੱਚੇ ਬਹੁਤ ਨਿਰਾਸ਼ ਹੋ ਰਹੇ ਹਨ ਉਹਨਾਂ ਨੂੰ ਹਜੇ ਤੱਕ ਰਿਫਿਊਜ਼ਲ ਤੋਂ ਬਾਅਦ ਇਹ ਵੀ ਲੱਗ ਰਿਹਾ ਹੈ ਵੀ ਵੀਜ਼ੇ ਤੋਂ ਸੌਰੀ ਜਨਵਰੀ ਇਨਟੇਕ ਮਿਲੂਗਾ ਜਾਂ ਮਈ ਇਨਟੇਕ ਮਿਲੂਗਾ ਸੋ ਜੋ ਨਿਰਾਸ਼ ਹੋ ਚੁੱਕੇ ਆ ਮੋਸਟਲੀ ਬੱਚੇ ਉਹ ਸੈਮੀਨਾਰ ਤੇ ਵਿਜ਼ਿਟ ਕਰਨ ਜੋ ਰਿਫਿਊਜ਼ ਹੋ ਚੁੱਕੇ ਆ ਜਿਨ੍ਹਾਂ ਦੇ ਓਵਰਆਲ 6 ਬੈਂਡ ਨੇ ਈਚ ਇੱਕ ਮੋਡਿਊਲ ਚ 5.5 ਬੈਂਡ ਨੇ ਇਹ ਤਾਂ ਤੁਸੀਂ ਓਵਰਆਲ 6 ਬੈਂਡ ਦੀ ਗੱਲ ਕੀਤੀ ਪਰ ਕਈਆਂ ਦੇ 6.5 ਬੈਂਡ ਦੇ ਨਾਲ ਹੀ ਰਿਫਿਊਜ਼ਲ ਆ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਤੁਹਾਡੇ ਸਾਹਮਣੇ ਰਿਜ਼ਲਟ ਹਾਜ਼ਰ ਹੈ ਇਹ ਸਾਰੇ ਓਵਰਆਲ 6 ਬੈਂਡ ਵਾਲੇ ਵੀਜ਼ੇ ਆ ਤੇ ਜੇ ਅਸੀਂ 6 ਬੈਂਡ ਵਾਲੇ ਵੀਜ਼ੇ ਲਵਾ ਸਕਦੇ ਆ ਤਾਂ ਫਿਰ 6.5 ਬੈਂਡ ਤੇ ਤਾਂ ਵੀਜ਼ਾ ਉਦੋਂ ਵੀ ਆਸਾਨ ਹੋ ਰਿਹਾ ਹੈ ਕੈਨੇਡੀਅਨ ਐਮਬੈਸੀ ਦੀ ਜੋ ਹਾਈ ਕਮਿਸ਼ਨ 6 ਬੈਂਡ ਨੂੰ ਵੀਜ਼ਾ ਦੇ ਰਹੀ ਹੈ ਤੇ 5.5 ਈਚ ਨੂੰ ਦੇ ਰਹੀ ਹੈ ਤੇ 6 ਈਚ ਓਵਰਆਲ 6.5 ਨੂੰ ਵੀ ਵੀਜ਼ਾ ਮਿਲੇਗਾ ਜ਼ਰੂਰ ਮਿਲੇਗਾ ਓਵਰঅল ਕੈਨੇਡਾ ਦੇ ਹੁਣ ਵੀਜ਼ਾ ਲਗਾਉਣ ਦੇ ਲਈ ਕੀ ਰੂਲਸ ਨੇ ਜਿਹੜੇ ਹੁਣ ਕਰੰਟ ਚੱਲਦੇ ਪਏ ਨੇ ਰੂਲਸ ਸਰ ਇਹ ਹੈ ਜੇ ਅਗਰ ਤੁਸੀਂ ਐਸ ਡੀ ਐਸ ਕੈਟਾਗਰੀ ਚ ਲਗਾਣੀ ਹੈ ਤਾਂ ਤੁਹਾਡੇ ਕੋਲ 6 ਈਚ ਬੈਂਡ ਹੋਣੇ ਚਾਹੀਦੇ ਨੇ 1 ਸਾਲ ਦੀ ਫੀਸ ਤੁਸੀਂ ਡਿਪੋਜ਼ਿਟ ਕਰਵਾਓ ਤੇ ਪਲੱਸ ਜੀਏਸੀ ਡਿਪੋਜ਼ਿਟ ਕਰੋ ਅਗਰ ਤੁਸੀਂ ਨਾਨ ਐਸਡੀਐਸ ਉਹਦੇ ਵਿੱਚ 6 ਮਹੀਨੇ ਦੀ ਫੀਸ ਵੀ ਜਾਂਦੀ ਹੈ ਤੁਸੀਂ ਵਿਦਆਊਟ ਜੀਏਸੀ ਵੀ ਫਾਈਲ ਲਗਾ ਸਕਦੇ ਹੋ ਓਵਰਆਲ 6 ਬੈਂਡ ਨਾਲ ਫਾਈਲ ਲਗਾ ਸਕਦੇ ਹੋ ਇੱਕ ਮੋਡਿਊਲ ਚੋਂ 5.5 ਹੋਣ ਤੇ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਬਟ ਜੋ ਸਕਸੈਸ ਰੇਟ ਹੈ ਇੱਕ ਮੋਡਿਊਲ ਚੋਂ 5.5 ਓਵਰਆਲ 6 ਬੈਂਡ ਤੇ ਸਕਸੈਸ ਰੇਟ ਮਿਲ ਰਿਹਾ ਅਗਰ ਤੁਸੀਂ ਫਾਈਲ ਲਾਣੀ ਹੈ ਤੁਸੀਂ ਓਵਰਆਲ 5 5 ਬੈਂਡ ਤੇ ਵੀ ਫਾਈਲ ਲਾ ਸਕਦੇ ਹੋ ਬਟ ਜੋ ਰਿਜ਼ਲਟ ਆਣਾ ਉਹ ਆਣਾ ਇੱਕ ਮੋਡਿਊਲ ਚੋਂ 5.5 ਓਵਰਆਲ 6 ਬੈਂਡ ਤੇ ਵੀਜ਼ਾ ਆਣਾ ਇਸ ਤੋਂ ਪਹਿਲਾਂ ਤੁਸੀਂ ਹੁਣੇ ਸੈਮੀਨਾਰਸ ਦੀ ਗੱਲ ਕੀਤੀ ਪਰ ਕਈਆਂ ਦਾ ਕਹਿਣਾ ਹੈ ਕਿ ਜਿਹੜੇ ਏਜੰਟ ਦੇ ਸੈਮੀਨਾਰਸ ਹੁੰਦੇ ਇਹਦੇ ਨਾਲ ਬੱਚਿਆਂ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਸਰ ਇਦਾਂ ਦੀ ਕੋਈ ਗੱਲ ਨਹੀਂ ਵੀ ਅਸੀਂ ਗੁੰਮਰਾਹ ਕਰਾਂਗੇ ਉਹਨਾਂ ਨੂੰ ਵੀ ਹਾਂਜੀ ਅਸੀਂ ਬੁਲਾ ਕੇ ਉਹਨਾਂ ਤੋਂ ਪੈਸੇ ਹੜਪਣ ਦੀ ਗੱਲ ਕਰਾਂਗੇ ਪਰ ਉਹਦੇ ਵਿੱਚ ਅਸੀਂ ਸਹੀ ਗਾਈਡ ਕਰਾਂਗੇ ਕਿਹਦਾ ਵੀਜ਼ਾ ਲੱਗਣਾ ਕਿਹਦਾ ਨਹੀਂ ਲੱਗ ਸਕਦਾ ਪਰ ਵੀਜ਼ੇ ਦੀ ਗਰੰਟੀ ਨਹੀਂ ਦੇਵਾਂਗੇ ਵੀ ਹਾਂਜੀ ਅਸੀਂ ਪੈਸੇ ਲੈ ਰਹੇ ਹਾਂ ਪੈਸੇ ਵੀਜ਼ਾ ਤੋਂ ਬਾਅਦ ਲੈ ਰਹੇ ਹਾਂ ਪੰ ਅਸੀਂ ਇਹਨਾਂ ਨੂੰ ਭਰੋਸਾ ਦਿਖਾਵਾਂਗੇ ਵੀ ਸਾਡਾ ਵੀਜ਼ਾ ਸਕਸੈਸ ਰੇਟ ਤੁਸੀਂ ਦੂਜੇ ਕੰਸਲਟੈਂਟ ਨਾਲੋਂ ਕੰਪੇਅਰ ਕਰੋ ਕਿੰਨਾ ਜ਼ਿਆਦਾ ਹੈ ਕਿਉਂ ਜ਼ਿਆਦਾ ਹੈ ਸੋ ਮੇਨ ਥਿੰਕਿੰਗ ਇਹ ਹੈ ਸਾਡੀ ਸੋਚ ਮਿਸਟਰ ਹਰੀਦ ਗਾਬਾ ਜੀ ਇਸੇ ਤੋਂ ਕਰਕੇ স্পੈਸ਼ਲ ਤੌਰ ਤੇ ਕੈਨੇਡਾ ਤੋਂ 1 ਸਤੰਬਰ ਤੋਂ ਲੈ ਕੇ 4 ਸਤੰਬਰ ਤੋਂ ਤੱਕ ਸਾਡੇ ਆਫਿਸ ਸੈਮੀਨਾਰ ਹੋ ਰਿਹਾ ਉਸ ਨੂੰ ਅਟੈਂਡ ਕਰਨ ਲਈ ਆ ਰਹੇ ਹੋ ਹਰ ਇੱਕ ਸਟੂਡੈਂਟ ਨੂੰ ਪਰਸਨਲੀ ਮਿਲਣਗੇ ਸੋ ਉਹਨਾਂ ਸਟੂਡੈਂਟ ਲਈ ਇਹ ਬਹੁਤ ਹੀ ਵਧੀਆ ਸੈਮੀਨਾਰ ਹੈ ਜੋ ਸਟੂਡੈਂਟ ਰਿਫਿਊਜ਼ ਹੋ ਚੁੱਕੇ ਆ ਮੈਂ ਜੋ ਫਰੈਸ਼ ਸਟੂਡੈਂਟ ਹੈ ਉਹ ਚਾਹੇ ਉਹ ਇਹ ਨੋਟ ਨਾ ਕਰਨ ਬਟ ਮੈਂ ਰਿਫਿਊਜ਼ਲ ਵਾਲੇ ਕੇਸ ਨੂੰ ਸਪੈਸ਼ਲ ਇਨਵਾਈਟ ਕਰ ਰਿਹਾ ਜਿਨ੍ਹਾਂ ਦੇ ਇੱਕ ਮੋਡਿਊਲ ਚ 5.5 ਹੈ ਉਹ ਓਵਰਆਲ 6 ਬੈਂਡ ਹੈ ਉਹਨਾਂ ਦੀ ਅਸੀਂ ਫਾਈਲ 7 ਤੋਂ 10 ਡੇਜ਼ ਚ ਐਮਬੈਸੀ ਤੇ ਲਾ ਦਵਾਂਗੇ ਕਿਉਂਕਿ ਉਹਨਾਂ ਕੋਲ ਜੀਆਈਸੀ ਆਲਰੇਡੀ ਹੈ ਔਰ ਮੈਡੀਕਲ ਉਹਨਾਂ ਦਾ ਆਲਰੇਡੀ ਹੈ ਸੋ ਇਹਨਾਂ ਗੱਲਾਂ ਨੂੰ ਧਿਆਨ ਰੱਖ ਜੇ 5 ਤੋਂ 10 ਦਿਨ ਦੇ ਵਿੱਚ ਵਿੱਚ ਐਮਬੈਸੀ ਚ ਫਾਈਲ ਉਹਨਾਂ ਦੀ ਸਬਮਿਟ ਕੀਤੀ ਜਾਵੇਗੀ ਹਰ ਕੋਈ ਏਜੰਟ ਕਹਿੰਦਾ ਕਿ ਵੀਜ਼ਾ ਤੋਂ ਪਹਿਲਾਂ ਇਹਨੇ ਲੱਖ ਦੇ ਦਿਓ ਜੀ ਇਹਨੇ ਲੱਖ ਦੇ ਦਿਓ ਓਮ ਗਲੋਬਲ ਦਾ ਕੀ ਤਰੀਕਾ ਹੈ ਇੱਕ ਵੀਜ਼ਾ ਦੇ ਪ੍ਰੋਸੈਸ ਨੂੰ ਲੈ ਕੇ ਸਰ ਵੀਜ਼ੇ ਤੋਂ ਪਹਿਲਾਂ ਸਾਡੀ ਕੋਈ ਪ੍ਰੋਸੈਸਿੰਗ ਫੀਸ ਨਹੀਂ ਕੋਈ ਆਫਰ ਲੈਟਰ ਦੀ ਫੀਸ ਨਹੀਂ ਕੋਈ ਐਮਬੈਸੀ ਫੀਸ ਨਹੀਂ ਕੁਝ ਵੀ ਯਾਨੀ ਕਿ ਐਡਵਾਂਸ ਜ਼ੀਰੋ ਐਡਵਾਂਸ ਹੈ ਵੀਜ਼ਾ ਲੱਗੂਗਾ ਤਾਂ ਪੈਸੇ ਲਊਗਾ ਓਮ ਗਲੋਬਲ ਅਦਰਵਾਈਜ਼ ਕੋਈ ਪੈਸਾ ਨਹੀਂ ਲਿੱਤਾ ਜਾਵੇਗਾ ਚਾਹੇ ਬੱਚੇ ਦਾ ਵੀਜ਼ਾ ਰਿਫਿਊਜ਼ ਵੀ ਹੋ ਜਾਏ ਤਾਂ ਬੱਚੇ ਦੀ ਜੇਬ ਚੋਂ ਕੋਈ ਪੈਸਾ ਖਰਾਬ ਨਹੀਂ ਹੋਵੇਗਾ ਸੋ ਇਹਨਾਂ ਚੀਜ਼ਾਂ ਨੂੰ ਰੱਖਦੇ ਹੋਏ ਚਾਹੇ ਉਹ ਗਵਰਨਮੈਂਟ ਕਾਲਜ ਆ ਚਾਹੇ ਕੋਈ ਪ੍ਰਾਈਵੇਟ ਕਾਲਜ ਆ ਜਿੱਥੇ ਵੀ ਬੱਚੇ एलिਜੀਬਲ ਹੋਊਗਾ ਅਸੀਂ ਉੱਥੇ ਹੀ ਬੱਚੇ ਦੀ ਖੁਦ ਟਿਊਸ਼ਨ ਫੀਸ ਕੋਲੋਂ ਭਰਾਂਗੇ ਤੇ ਵੀਜ਼ਾ ਲਗਵਾ ਕੇ ਹੀ ਉਹਨਾਂ ਤੋਂ ਪੈਸੇ ਲਵਾਂਗੇ ਜੀ ਕਿ ਇਦਾਂ ਹੁੰਦਾ ਕਿ ਆਫਰ ਲੈਟਰ ਤੋਂ ਬਾਅਦ ਵੀ ਕਈ ਵਾਰ ਰਿਫਿਊਜ਼ਲ ਆ ਜਾਂਦੀ ਹੈ ਸਰ ਆਫਰ ਲੈਟਰ ਇੱਕ ਵੀਜ਼ਾ ਨਹੀਂ ਹੁੰਦਾ ਵੀਜ਼ਾ ਇੱਕ ਤੁਹਾਡੀ ਜਦੋਂ ਫਾਈਲ ਅੰਬੈਸੀ ਚ ਜਾਂਦੀ ਹੈ ਸਾਰੇ ਕੋਦੇ ਕਾਗਜ਼ ਪੱਤਰ ਦੇਖੇ ਜਾਂਦੇ ਆ ਈਵਨ ਉਹਦੀ ਇਨਕਮ ਪ੍ਰੂਫ ਚੈੱਕ ਕੀਤੇ ਜਾਂਦੇ ਆ ਕਿੰਨੀ ਇਨਕਮ ਆ ਕਿੰਨੀ ਫੀਸ ਆ ਕਿੰਨੇ ਨੰਬਰ ਆ ਕਿਹੜੇ ਸਬਜੈਕਟ ਚ ਉਹ ਪੜਨ ਜਾ ਰਿਹਾ ਤੇ ਉਸ ਸਬਜੈਕਟ ਚ ਉਹਦੇ ਮਾਰਕਸ ਕਿੰਨੇ ਨੇ ਇੰਡੀਵਿਜੂਅਲੀ ਸਾਰਾ ਕੁਝ ਚੈੱਕ ਕੀਤਾ ਵੀਜ਼ਾ ਰਿਫਿਊਜ਼ਲ ਇਹ ਦੇਣਾ ਅੰਬੈਸੀ ਦੇ ਹੱਥ ਹੈ ਬਟ ਉਸ ਫਾਈਲ ਨੂੰ ਪ੍ਰੋਸੈਸ ਕਰਨਾ ਇੱਕ ਬੰਦੇ ਦੇ ਹੱਥ ਹੈ ਜੋ ਬੰਦਾ ਉਸ ਦੀ ਫਾਈਲ ਲਗਾ ਰਿਹਾ ਕਿਦਾਂ ਦੇਖ ਰਿਹਾ ਕਿੱਚ ਫਾਈਲ ਲੱਗਦੀ ਹੈ ਸੋ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਲੱਗ ਜਾਂਦਾ ਹੈ ਇਦਾਂ ਦੀ ਕੋਈ ਗੱਲ ਨਹੀਂ ਵੀ ਵੀਜ਼ਾ ਆਫਰ ਲੈਟਰ ਆਈ ਵੀਜ਼ਾ ਰਿਫਿਊਜ਼ ਹੋ ਗਿਆ ਤੇ ਬਾਅਦ ਵਿੱਚ ਵੀਜ਼ਾ ਨਹੀਂ ਲੱਗਦਾ ਨਿਰਾਸ਼ ਹੋ ਚੁੱਕੇ ਸਟੂਡੈਂਟ ਸਾਡੇ ਕੋਲ ਜ਼ਰੂਰ ਪਹੁੰਚਣ ਇਸ ਸੈਮੀਨਾਰ ਤੇ ਤੁਸੀਂ ਰਿਜ਼ਲਟ ਸਾਡੇ ਸਾਹਮਣੇ ਦੇ ਸਕਦੇ ਹਾਂ ਕਿਸੇ ਵੀ ਬ੍ਰਾਂਚ ਚ ਦੇਖੋ ਹਰ ਇੱਕ ਬ੍ਰਾਂਚ ਚ 20 ਤੋਂ 25 ਪਾਸਪੋਰਟ ਅਵੇਲੇਬਲ ਨੇ ਸਾਡੇ ਕੋਲੇ ਜਿਨ੍ਹਾਂ ਦੇ ਵੀਜ਼ੇ ਲੱਗ ਚੁੱਕੇ ਨੇ ਇਥੇ ਮੈਂ ਇੱਕ ਹੋਰ ਗੱਲ ਜੋੜਨਾ ਚਾਹਾਂਗਾ ਕਿ ਹਰ ਏਜੰਟ ਕਹਿੰਦਾ ਕੈਨੇਡਾ ਚਲੇ ਜਾਓ ਆਸਟ੍ਰੇਲੀਆ ਚਲੇ ਜਾਓ ਕੈਨੇਡਾ ਚਲੇ ਜਾਓ ਕਿ ਇਹਨਾਂ ਦੀ ਯੂਨੀਵਰਸਿਟੀ ਤੋਂ ਤੁਹਾਨੂੰ ਪਰਸੈਂਟੇਜ ਜ਼ਿਆਦਾ ਮਿਲਦੀ ਹੋਰ ਕੰਟਰੀਆਂ ਵੀ ਨੇ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰਦਾ ਸਰ ਕੈਨੇਡਾ ਆਸਟ੍ਰੇਲੀਆ ਦੀ ਗੱਲ ਕਰੀਏ ਪਰਸੈਂਟੇਜ ਦੀ ਇਦਾਂ ਦੀ ਕੋਈ ਗੱਲ ਨਹੀਂ ਵੀ ਹਾਂਜੀ ਪਰਸੈਂਟੇਜ ਜ਼ਿਆਦਾ ਮਿਲਦੀ ਆ ਅੱਜਕੱਲ ਜੋ ਪੰਜਾਬ ਦਾ ਬੱਚਾ ਮੋਸਟਲੀ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦਾ ਉਹ ਹੈ ਕੈਨੇਡਾ ਕੈਨੇਡਾ ਕਿਉਂ ਜਾਣਾ ਚਾਹੁੰਦਾ ਕੋਈ ਕਿਉਂ ਉੱਥੇ ਸੈਟਲਮੈਂਟ ਯਾਨੀ ਕਿ ਪੀਆਰ ਦੀ ਆਪਸ਼ਨ ਵਧੀਆ ਹੈ ਸੋ ਬ ਟੈਲਮੈਂਟ ਜਿਆਦਾ ਹੈ ਔਰ ਪੰਜਾਬੀ ਮੋਸਟਲੀ ਕੈਨੇਡਾ ਚ ਰਹਿ ਰਹੇ ਹੈ ਤੇ ਹਰ ਬੰਦੇ ਦਾ ਕੋਈ ਨਾ ਕੋਈ ਰਿਸ਼ਤੇਦਾਰ ਕੈਨੇਡਾ ਚ ਜਾ ਚੁੱਕਾ ਹੈ ਇਸ ਲਈ ਪ੍ਰੇਫਰ ਪੰਜਾਬੀ ਕੈਨੇਡਾ ਨੂੰ ਹੀ ਕਰ ਰਹੇ ਜਿਹੜੇ ਇਸ ਸਮੇਂ ਦੇ ਸਟੂਡੈਂਟਸ ਨੇ ਜਿਹੜੇ ਕੈਨੇਡਾ ਜਾਂਦੇ ਚਾਹਵਾਨ ਨੇ ਉਹਨਾਂ ਲਈ ਕਿਹੜਾ ਇਨਟੈਕ ਬੈਸਟ ਹੋਊਗਾ ਹੁਣ ਸਰ ਵੈਸੇ ਦਾ ਜਨਵਰੀ ਇਨਟੇਕ ਹੈ 메ਜਰ ਪਾਰਟ ਅਸੀਂ ਉਹਨਾਂ ਲਈ ਨੋਵੇmber ਇਨਟੇਕ ਵੀ ਲੈ ਕੇ ਆ ਰਹੇ ਹਾਂ ਨੋਵੇmber ਇਨਟੇਕ ਚ ਇੱਕ ਦਿਨ ਚ ਆਫਰ ਲੈਟਰ ਦਿੱਤੀ ਜਾਵੇਗੀ ਨੋਵੇmber ਇਨਟੇਕ ਚ ਤੁਸੀਂ ਅਪਲਾਈ ਕਰ ਸਕਦੇ ਹੋ ਥੋੜਾ ਜਿਹਾ ਬੱਚਿਆਂ ਦੇ ਮਨ ਚ ਡਰ ਵੀ ਹੈ ਵੀ ਅਕਤੂਬਰ ਚ ਇਲੈਕਸ਼ਨ ਆ ਰਹੇ ਆ ਸ਼ਾਇਦ ਰੂਲ ਚੇਂਜ ਹੋ ਜਾਣ ਸੋ ਇਹਨਾਂ ਨੂੰ ਰੱਖਦੇ ਹੋਏ ਅਸੀਂ ਨੋਵੇmber ਇਨਟੇਕ ਚ ਬੱਚਿਆਂ ਦੇ ਵੀਜ਼ੇ ਅਪਲਾਈ ਕਰਾਂਗੇ ਹੁਣ ਤੁਹਾਡੇ ਵੱਲੋਂ ਹੁਣ ਸੈਮੀਨਾਰ ਕੀਤਾ ਜਾ ਰਿਹਾ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਫਾਇਦੇਮੰਦ ਹੋਊਗਾ ਉਹ ਫਾਇਦੇਮੰਦ ਸਰ ਬੱਚੇ ਜਿਹੜੇ ਰਿਫਿਊਜ਼ਲਸ ਬਾਰੇ ਉਹਨਾਂ ਲਈ ਬੈਸਟ ਆਪਸ਼ਨ ਹੈ ਕਿਉਂਕਿ ਰਿਫਿਊਜ਼ਲਸ ਨੂੰ ਹਰ ਬੱਚਾ ਬੰਦ ਏਜੰਟਸ ਕਹਿ ਰਿਹਾ ਤੁਹਾਡਾ ਵੀਜ਼ਾ ਨਹੀਂ ਲੱਗਣਾ ਵੀਜ਼ਾ ਨਹੀਂ ਲੱਗਣਾ ਬਟ ਅਸੀਂ ਰਿਫਿਊਜ਼ਲ ਵਾਲੇ ਵੀਜ਼ੇ ਤੁਹਾਨੂੰ ਦਿਖਾਵਾਂਗੇ ਸੈਮੀਨਾਰ ਸਟੂਡੈਂਟ ਨੂੰ ਮਲਾਵਾਂਗੇ ਸੋ ਮੋਸਟਲੀ ਸਟੂਡੈਂਟ ਜੋ ਰਿਫਿਊਜ਼ ਹੋ ਚੁੱਕੇ ਇੱਕ ਮੋਡਿਊਲ ਚ 5.5 ਓਵਰਆਲ 6 ਬੈਂਡ ਹੈ ਅਸੀਂ ਇਹ ਨਹੀਂ ਕਹਿ ਰਹੇ ਵੀ ਤੁਹਾਡੇ 6 ਈਜ਼ ਬੈਂਡ ਹੈ ਤੁਹਾਡੇ ਤੁਸੀਂ ਸਾਡੇ ਕੋਲ ਅਸੀਂ ਇਹ ਕਹਿ ਰਹੇ ਇੱਕ ਓਵਰਆਲ ਸਿਕਸ ਬੈਂਡ ਨੇ ਸਾਡੇ ਕੋਲ ਜਰੂਰ ਆਓ ਤੇ ਸੈਮੀਨਾਰ ਦਾ ਫਾਇਦਾ ਚੱਕੋ ਕਿਉਂਕਿ ICCRC ਮੈਂਬਰ ਮਿਸਟਰ ਹਰੀਦ ਗਾਬਾ ਜੀ ਉਸ ਮੌਕੇ ਤੇ ਉੱਚੇ ਚੇਤੇ ਤੌਰ ਤੇ ਪਹੁੰਚ ਰਹੇ ਨੇ ਥੈਂਕ ਯੂ ਰਮਨ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਧੰਨਵਾਦ ਜੀ